इस वेले दी वड्डी खबर पंजाबी गायक एली मांगट नूं लैके आ रही है। अदालत ने पंजाबी गायक एली मांगट नूं वड्डी राहत दित्ती है। मोहाली दी अदालत ने एली मांगट दी जमानत नूं मंजूर कर लिया है। एली मांगट अते रम्मी रंधावा दरमियान होए विवाद तो बाद पुलिस ने एली मांगट नूं मोहाली तो गिरफ्तार किया सी। एली मांगट नूं अदालत वल्लों 14 दिनां दी न्यायिक हिरासत च रोपड़ जेल च भेजा गया सी, पर अदालत ने एली मांगट नूं राहत दिंदिआं 2 दिनां दे जुडिशियल रिमांड तो बाद जमानत दे दित्ती है। ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅਦਾਲਤ ਨੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਵੱਡੀ ਰਾਹਤ ਦਿੱਤੀ ਹੈ। ਵੱਡੀ ਰਾਹਤ ਦਿੰਦਿਆਂ ਅਦਾਲਤ ਨੇ ਐਲੀ ਮਾਂਗਟ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਸੰਬੰਧੀ ਐਲੀ ਮਾਂਗਟ ਦੇ ਵਕੀਲ GPS ਘੁੰਮਣ ਅਤੇ GS ਘੁੰਮਣ ਨੇ ਜਾਣਕਾਰੀ ਸਾਂਝੀ ਕੀਤੀ ਹੈ। ਰੈਗੂਲਰ ਬੇਲ ਐਪਲੀਕੇਸ਼ਨ ਅੰਡਰ ਸੈਕਸ਼ਨ 437 ਅਸੀਂ ਮਾਨਜੋ ਕੋਰਟ ਦੇ ਵਿੱਚ ਲਗਾਈਆਂ ਸੀ, ਜੋ ਕਿ ਸਾਡੀਆਂ ਕੋਰਟ 'ਚ ਸਾਡੀਆਂ ਦਲੀਲਾਂ ਸੁਣਨ ਉਪਰੰਤ ਸਾਡੀ ਮਾਨਜੋ ਕੋਰਟ ਨੇ ਸਾਡੀਆਂ ਬੇਲ ਐਪਲੀਕੇਸ਼ਨ ਅਲਾਓ ਕਰ ਦਿੱਤੀ। ਅਤੇ ਕੀ ਪਲੀ ਲਈ ਸੀ ਕਿ ਕਿਉਂ ਕੀਤੀ ਜਾਵੇ ਜ਼ਮਾਨਤ? ਉਹਦੇ ਵਿੱਚ ਅਸੀਂ ਮੇਨ ਪਲੀ ਜਿਹੜੀ 295A ਸੀਗੀ ਉਹ ਨੋਨ ਅਵੇਲੇਬਲ ਸੀ। ਸੋ ਅਸੀਂ ਕਿਹਾ ਕਿ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਹੈ ਦੇ ਗੈਟ ਦੀ ਵੀਡੀਓ, ਵਨ ਵੀਡੀਓ ਮੇ ਬੀ ਉਹ ਫੇਕ ਹੈ, ਫੈਬਰੀਕੇਟਡ ਹੈ, ਇਹ ਅਜੇ ਕੁਸ਼ਚਨ ਮਾਰਕ ਹੈ। ਠੀਕ ਹੈ, ਅਤੇ ਉਹ FSL ਨੂੰ ਜਾਏਗੀ, ਫੋਰਸਿਕ ਸਾਇੰਸ ਲੈਬੋਰਟਰੀ ਨੂੰ ਜਾਣੀ ਹੈ। ਇਟ ਟੇਕਸ ਸੋ ਮੱਚ ਟਾਈਮ। ਠੀਕ ਹੈ, ਸੋ ਇਨ ਦਾ ਮੇਨ ਟਾਈਮ ਵੀ ਉਹ ਜੈਨੂਅਨ ਹੈ ਕੀ, ਇਹੋ ਜਿਹੇ ਉੱਧਰੋਂ ਰਿਪੋਰਟ ਆਉਣੀ, ਅਤੇ ਇਨ ਦਾ ਮੇਨ ਟਾਈਮ ਕਿਉਂਕਿ ਰੈਸਟ ਆਫ ਸੈਕਸ਼ਨ ਜਿਹੜੀਆਂ ਸੀਗੀਆਂ ਉਹ ਸਾਰੀਆਂ ਜਿਹੜੀਆਂ ਨੇ ਅਵੇਲੇਬਲ ਨੇ, ਸਿਰਫ 295A ਹੀ ਜਿਹੜੀ ਸੀਗੀ ਉਹ ਨੋਨ ਅਵੇਲੇਬਲ ਅਫੈਂਸ ਸੀਗਾ। ਅਤੇ ਵੀ ਆਰ ਰੈਡੀ ਟੂ ਫਰਨਿਸ਼ ਦੀ ਬੇਲ ਬੋਨ, ਅਤੇ ਜੱਜ ਸਾਹਿਬ ਨੇ ਮੈਨੂੰ ਲੱਗਦਾ 1 ਘੰਟੇ ਦੇ ਕਰੀਬ ਕਰੀਬ ਸਾਡਾ ਜਿਹੜਾ ਆਰਗੂਮੈਂਟ ਹੈ ਉਹ ਚੱਲਿਆ ਕੋਰਟ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ, ਅਤੇ ਸਾਨੂੰ ਅਲਟੀਮੇਟਲੀ ਉਹ ਡਿਸੀਜ਼ਨ ਜਿਹੜਾ ਉਹ ਆਪਣੀ ਫੇਵਰ 'ਚ ਆ ਗਿਆ। ਐਲੀ ਮਾਂਗਟ ਦੀ ਅਤੇ ਹਰਦੀਪ ਹਰਮਨ ਦੀ ਦੋਨੇ ਬੇਲ ਐਪਲੀਕੇਸ਼ਨ ਜਿਹੜੀਆਂ ਨੇ ਉਹ ਅਲਾਓ ਕਰ ਦਿੱਤੀਆਂ ਗਈਆਂ ਨੇ। ਜਿਹੜਾ ਮਾਨਜੋ ਕੋਰਟ ਦਾ ਜਿਹੜਾ ਟੋਰਚਰ ਵਾਲਾ ਤੁਸੀਂ ਐਲੀ ਮਾਂਗਟ ਦਾ ਮਾਮਲਾ ਉਠਾਇਆ, ਹੁਣ ਉਹ ਕੀ ਬਣਿਆ? ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਮੈਡੀਕਲ ਰਿਪੋਰਟਸ ਜਿਹੜੀਆਂ ਆ ਗਈਆਂ ਨੇ ਬੋਰਡ ਆਫ ਡਾਕਟਰਸ ਵੱਲੋਂ, ਉਹ ਰਿਪੋਰਟ ਜਿਹੜੀ ਸਾਡੀ ਐਪਲੀਕੇਸ਼ਨ ਹੈ, ਉਸ ਤੋਂ ਇਲਾਵਾ ਅਸੀਂ ਜਿਹੜੀ ਰਿਪ੍ਰੈਜੈਂਟੇਸ਼ਨ ਜਿਹੜੀ ਹੈ ਉਹ DGP ਸਾਹਿਬ ਨੂੰ ਦੇਵਾਂਗੇ, ਉਹ ਕਲੱਬ ਕਰਕੇ ਕਿ ਜੀ ਇਹਦੇ ਵਿੱਚ ਜੋ ਵੀ ਬੰਦੇ ਜਿਹੜੇ ਪੁਲਿਸ ਅਫੀਸ਼ਲਸ ਨੇ ਉਹ ਇਨਵੋਲਵ ਨੇ, ਉਹਨਾਂ 'ਤੇ ਬਣਦੀ ਐਕਸ਼ਨ ਜਿਹੜੀ ਹੈ ਫਰਦਰ, ਜਿਹੜਾ ਰਜਿਸਟ੍ਰੇਸ਼ਨ ਆਫ ਦੀ FIR ਵਟ ਐਵਰ ਦੀ ਐਜ਼ ਪਰ ਦੀ ਲੋ, ਜੋ ਵੀ ਉਹਦੇ 'ਤੇ ਬਣਦੀ ਕਾਰਵਾਈ ਹੋ ਕੀਤੀ। ਅਤੇ ਤੁਸੀਂ FIR ਰੱਦ ਕਰਾਉਣ ਲਈ ਵੀ ਹਾਈਕੋਰਟ 'ਚ ਜਾਓਗੇ? ਉਹ ਅਸੀਂ ਪ੍ਰੋਸੈਸ ਜਿਹੜਾ ਹੈਗਾ ਡੈਫੀਨੇਟਲੀ ਅਸੀਂ ਅੱਗੇ ਉਹਦਾ ਅੱਗੇ ਕਰਾਂਗੇ ਕਿ ਜਿਹੜੀ ਇਹਦੀ ਕੈਂਸਲੇਸ਼ਨ ਹੈ ਵਿਦ ਰਿਗਾਰਡ ਟੂ ਦੀ ਜਿਹੜੀ FIR ਕੀਤੀ ਹੈ ਉਹ ਡੈਫੀਨੇਟਲੀ ਅਪਰੋਚ ਕਰਾਂਗੇ ਮਾਨਜੋ ਕੋਰਟ ਦੇ ਵਿੱਚ। ਪਰ ਸਭ ਤੋਂ ਪਹਿਲਾਂ ਜਿਹੜੀ ਕੰਪਲੇਂਟ ਹੈ ਜਿਹੜਾ ਉਹਨੂੰ ਇਲਟ੍ਰੀਟ ਕੀਤਾ ਗਿਆ ਡੂਰਿੰਗ ਦੀ ਕੋਰਸ ਆਫ ਪੁਲਿਸ ਰਿਮਾਂਡ, ਉਹਦੇ ਵਿੱਚ ਜੋ ਇਲਟ੍ਰੀਟ ਕੀਤਾ ਗਿਆ ਉਹਦਾ ਡੈਫੀਨੇਟਲੀ ਅਸੀਂ ਉਹ ਜਿਹੜਾ ਬੋਰਡ ਆਫ ਡਾਕਟਰਸ ਦੀ ਜਿਹੜੀ ਕੰਪਲੀਟ ਰਿਪੋਰਟ ਆਈ ਹੈ ਉਹ ਅਸੀਂ ਨਾਲ ਅਟੈਚ ਕਰਾਂਗੇ, ਅਤੇ ਡੈਫੀਨੇਟਲੀ ਅਸੀਂ ਕੰਪਲੇਂਟ ਜਿਹੜੀ ਹੈ DGP ਪੰਜਾਬ ਨੂੰ ਅਤੇ ADGP ਕਰਾਂਗੇ ਤੋਂ ਅਸੀਂ ਮੰਗ ਕਰਾਂਗੇ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਜਿਹੜੇ ਜਿਹੜੇ ਪੁਲਿਸ ਅਥਾਰਟੀ ਵੱਲੋਂ ਇਲਟ੍ਰੀਟ ਕੀਤਾ ਗਿਆ ਆਫੀਸਰ ਵੱਲੋਂ ਜਾਂ ਜੋ ਵੀ ਕੋਈ ਹੈਗਾ ਪੁਲਿਸ ਅਫੀਸ਼ਲ ਉਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਔਰ ਜਿਹੜੇ ਬੰਦੇ ਜਿਹੜੇ ਜੇਲ੍ਹ 'ਚ ਜਾ ਰਹੇ ਸੀ ਜਿਹਨਾਂ ਨੇ ਫੋਨ ਸਵਿੱਚ ਆਫ ਕੀਤੇ ਨੇ, ਹੈ ਨਾ, ਉਹਨਾਂ 'ਤੇ ਵੀ ਇਨਕੁਆਇਰੀ ਜਿਹੜੀ ਹੈ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਕੀਤੀ। ਅਤੇ ਟੋਰਚਰ ਵਾਲੀ ਮੈਡੀਕਲ ਰਿਪੋਰਟ ਆਈ ਅਤੇ ਕਦੋਂ ਆਏਗੀ? ਉਹ ਸੰਡੇ ਰਿਪੋਰਟ ਸਬਮਿਟ ਹੋ ਗਈ ਸੀ ਜੀ ਕੋਰਟ 'ਚ, ਵੀ ਗੈਟ ਦੀ ਕਾਪੀ। ਠੀਕ ਹੈ, ਮੋਰਨਿੰਗ ਅਸੀਂ ਐਲੀ ਮਾਂਗਟ ਨੂੰ ਨਾਲ ਲੈ ਕੇ DGP ਪੰਜਾਬ ਨੂੰ ਕੋਸ਼ਿਸ਼ ਕਰਾਂਗੇ ਟਾਈਮ ਲੈ ਕੇ ਮਿਲਣ ਦੀ, ਅਤੇ ਡੈਫੀਨੇਟਲੀ ਅਸੀਂ ਉਹਦੇ 'ਤੇ ਬਣਦੀ ਕਾਰਵਾਈ ਫੋਰ ਰਜਿਸਟ੍ਰੇਸ਼ਨ ਆਫ ਦੀ FIR ਫਰਦਰ ਐਕਸ਼ਨ ਜੋ ਵੀ ਹੋਏਗਾ ਅਸੀਂ ਕੋਰਟ ਦੇ ਵਿੱਚ ਰੱਖਾਂਗੇ। ਅਤੇ ਕਦੋਂ ਸੰਭਾਵਨਾ ਰਹੇਗੀ ਐਲੀ ਮਾਂਗਟ ਦੀ ਜੇਲ੍ਹ 'ਚੋਂ? ਇਹ ਅੱਜ ਹੀ ਅਸੀਂ ਬੇਲ ਬੌਂਡ ਜਿਹੜੇ ਨੇ ਹੁਣ ਫਰਨਿਸ਼ ਕਰਨ ਜਾ ਰਹੇ ਹਾਂ, ਅਤੇ ਮੈਨੂੰ ਲੱਗਦਾ ਵੀ ਅਸੀਂ 6 ਵਜੇ ਅਸੀਂ ਮੈਨੂੰ ਲੱਗਦਾ ਵੀ ਉੱਥੇ ਜੇਲ੍ਹ ਜਿਹੜੀ ਰੋਪੜ ਹੈ 6:30 ਵਜੇ ਐਲੀ ਮਾਂਗਟ ਜੀ ਬਾਹਰ ਆ ਗਏ। ਠੀਕ ਹੈ ਜੀ। ਦੱਸ ਦਈਏ ਕਿ ਪੰਜਾਬੀ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੇ ਵਿਚਕਾਰ ਗਾਇਕੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲਗਾਤਾਰ ਵਿਵਾਦ ਚੱਲ ਰਿਹਾ ਸੀ। ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਇਹ ਲੜਾਈ ਅਖੀਰ 'ਚ ਕਾਨੂੰਨੀ ਲੜਾਈ ਦਾ ਰੂਪ ਧਾਰਨ ਕਰ ਗਈ ਸੀ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ ਪੰਜਾਬੀ।